ਸਸ਼ੀਕਲ ਦੋਸਤੋ ਸੇਂਟ ਸੋਲਜਰ ਟਾਈਮਸ ਤੋਂ ਮੈਂ ਹਾਂ ਕੋਮਲ ਔਰ ਤੁਸੀਂ ਦੇਖ ਰਹੇ ਹੋ ਜੀ ਕੌਣ ਬਣੇਗਾ ਕਰੋੜਪਤੀ ਕਿੰਨੀ ਵਧੀਆ ਲਾਈਨ ਹੈ ਸੁਣਨ ਦੇ ਵਿੱਚ ਔਰ ਖਾਸ ਇਹ ਗੱਲ ਜਦੋਂ ਕੰਨਾਂ 'ਚ ਪੈਂਦੀ ਹੈ ਤੇ ਮੈਂ ਕਹਿੰਨੀ ਹਰ ਇਨਸਾਨ ਟੀਵੀ ਦੇ ਅੱਗੇ ਆ ਕੇ ਬਹਿ ਜਾਂਦਾ ਹੈ ਕਹਿੰਦੇ ਹੁੰਦੇ ਨੇ ਕਿ ਮਾਸਟਰ ਦੀ ਕੁਰਸੀ ਤੇ ਬਹਿਣਾ ਕੋਈ ਮਾੜੀ ਗੱਲ ਨਹੀਂ ਪਰ ਉਹਨਾਂ ਜਿਨੀ ਕਾਬਲੀਅਤ ਹੁੰਦਰ ਤੇ ਉਹਨਾਂ ਜਿੰਨੀ ਪੜ੍ਹਾਈ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਏ ਤੇ ਜਦੋਂ ਤੁਸੀਂ ਆਪਣੇ ਟੀਚਰ ਦੇ ਨਕਸ਼ੇ ਕਦਮ ਤੇ ਚੱਲਦੇ ਹੋ ਪੜ੍ਹਾਈ ਕਰਦੇ ਹੋ ਤੇ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡੀ ਮਲਮਾਰ ਕੇ ਜਾਂਦੇ ਹੋ ਸੋ ਇੱਕ ਐਸੀ ਮਲਮਾਰੀ ਜੀ ਸਾਡੀ ਪੰਜਾਬ ਦੀ ਤੀਨੇ ਜੋ ਕਿ ਨਾਗਰੇ ਪਿੰਡ ਦੀ ਰਹਿਣ ਵਾਲੀ ਹੈ ਜੀ ਪੌਂਚੀ ਹੈ ਅੱਜ ਸੀ ਉਹਨਾਂ ਦੇ ਘਰ ਦੇ ਵਿੱਚ ਜਿਨ੍ਹਾਂ ਦੇ ਘਰ ਦੇ ਵਿੱਚ ਪੜ੍ਹਾਈ ਦਾ ਸਾਗਰ ਦਰਿਆ ਵਹਿੰਦਾ ਹੈ ਤੇ ਉਸ ਦਰਿਆ ਦੇ ਨਾਲ ਛੱਲਾ ਮਾਰਦੀ ਹੋਈ ਉਸ ਮੁਟਿਆਰ ਨੇ ਆਪਣਾ ਨਾਮ ਰੋਸ਼ਨ ਕੀਤਾ ਹੈ ਜਪ ਸਿਮਰਨ ਨਾਮ ਹੀ ਬੜਾ ਪਿਆਰਾ ਹੈ ਜਪ ਦਾ ਮਤਲਬ ਹੈ ਜੀ ਜਪਣਾ ਸਿਮਰਨ ਦਾ ਮਤਲਬ ਹੈ ਸਿਮਰਨ ਕਰਨਾ ਤੇ ਜਦੋਂ ਕੋਈ ਸਿਮਰਨ ਦੇ ਨਾਲ ਪਰਮਾਤਮਾ ਦੀ ਓਟ ਦੇ ਨਾਲ ਆਪਣੀ ਸ਼ੁਰੂਆਤ ਕਰਦਾ ਹੈ ਤੇ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਸ਼ਖਸੀਅਤ ਬਣਦਾ ਹੈ ਤੇ ਆਓ ਫੇਰ ਗੱਲਬਾਤ ਕਰੌਨੀ ਆ ਜਬ ਸਿਮਰਨ ਦੇ ਨਾਲ ਜਬ ਸਿਮਰਨ ਜੀ ਬਹੁਤ ਬਹੁਤ ਸਵਾਗਤ ਥੈਂਕ ਯੂ ਸਰ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸਭ ਤੋਂ ਪਹਿਲਾਂ ਤੇ ਸਰ ਜਬ ਸਿਮਰਨ ਬਾਰੇ ਥੋੜਾ ਜਿਹਾ ਦੱਸੋ ਬਿਕੋਜ਼ ਅੱਜ ਕੱਲ ਦੇ ਬੱਚੇ ਜਿਹੜੇ ਖੇਲ ਕੁਦਵਲ ਜ਼ਿਆਦਾ ਨਹੀਂ ਮੈਨੂੰ ਲੱਗਦਾ ਹੈ ਇਹ ਸਾਡੇ ਜਲੰਧਰ ਦਾ ਪਹਿਲਾ ਬੱਚਾ ਹੈ ਜਿਨੇ ਪੜ੍ਹਾਈ ਦੇ ਵਿੱਚ ਬਹੁਤ ਵੱਡੀ ਇੱਕ ਮਤਲਬ ਇੱਕ ਮਿਸਾਲ ਕਾਇਮ ਕੀਤੀ ਹੈ ਜੀ ਜਬ ਸਿਮਰਨ ਵਾਰੇ ਮੈਂ ਇਹ ਨਾ ਕਹੂੰਗਾ ਕਿ ਜੋ ਸੋਚਦੀ ਹੈ ਉਹ ਕਰਦੀ ਹੈ ਇਹਦੀ ਇੱਛਾ ਸ਼ਕਤੀ ਬਹੁਤ ਵਧੀਆ ਹੈ ਡਿਸੀਜਨ 메ਕਿੰਗ ਔਰ ਕੰਫੀਡੈਂਸ ਲੈਵਲ ਇਹਦਾ ਬਹੁਤ ਅੱਛਾ ਹੈ ਬੋਲਣ ਦੇ ਵਿੱਚ ਬਹੁਤ ਅੱਛੀ ਹੈਗੀ ਹੈ ਸਪੀਚ ਬਹੁਤ ਅੱਛੀ ਦਿੰਦੀ ਹੈ ਔਰ ਪੜਾਈ ਦੇ ਵਿੱਚ ਵੀ ਸਕੂਲ ਦੇ ਵਿੱਚ ਅਕੈਡਮਿਕਸ ਦੇ ਵਿੱਚ ਵੀ ਇਹਦੇ ਰਿਕਾਰਡਸ ਬਹੁਤ ਹੀ ਅੱਛੇ ਨੇ ਜਿੱਦਾਂ ਦਾ ਇਹਨੂੰ ਮੌਕਾ ਮਿਲਦਾ ਹੈ ਉਹਦਾ ਮੌਕੇ ਦਾ ਪੂਰਾ ਫਾਇਦਾ ਉਠਾਉਂਦੀ ਹੈ ਜੀ ਬਿਲਕੁਲ ਸੋ ਹੁਣ ਗੱਲ ਕਰਦੇ ਆ ਜੀ ਸਾਡੀ winner ਸਾਡੇ ਪੰਜਾਬ ਦਾ ਹੀਰਾ ਨਾਇਆਬ ਹੀਰਾ ਕਹਿੰਦੇ ਹੁੰਦੇ ਨੇ ਕੁੜੀਆਂ ਹਰ ਖੇਤਰ 'ਚ ਮੱਲਾ ਮਾਰਦੀਆਂ ਨੇ ਫਿਰ ਚਾਹੀਓ ਕੋਈ ਵੀ ਵਰਗ ਹੋਵੇ ਸਟੱਡੀ ਹੋਵੇ ਘਰ ਦਾ ਚੁੱਲ੍ਹਾ ਚੌਂਕਾ ਹੋਵੇ ਤੇ ਜਾਂ ਫਿਰ ਕਿਤੇ ਵੀ ਉੱਚੇ ਅਹੁਦੇ ਤੇ ਪਹੁੰਚਣਾ ਹੋਵੇ ਤੇ ਜਦ ਸਿਮਰਨ ਨਾਲ ਕਰਦੇ ਆ ਗੱਲਬਾਤ ਉਹ ਜਦ ਸਿਮਰਨ ਜੀ ਸਭ ਤੋਂ ਪਹਿਲਾਂ ਤੁਸੀਂ ਦੱਸੋ ਜੀ ਕਿੱਦਾਂ ਸ਼ੁਰੂਆਤ ਹੋਈ ਕਿਹਨਾਂ ਨੇ ਤੁਹਾਨੂੰ ਮੋਟੀਵੇਟ ਕੀਤਾ ਪਹਿਲਾਂ ਤੇ ਜਿਵੇਂ ਪੜਾਈ ਚ ਇੰਟਰਸਟ ਆਉਦੀ ਸੀਗਾ ਤੇ ਨੌਲੇਜ ਵਗਰੇ ਜਿੱਥੋਂ ਮਿਲਦੀ ਸੀ ਅਲਈ ਜਾਂਦੇ ਸੀਗੇ ਫਿਰ ਇਸ ਸਾਲ ਪਾਪਾ ਨੇ ਟਰਾਈ ਕੀਤਾ ਸੀਗਾ ਕੇਬੀਸੀ ਦੇ ਵਿੱਚ ਤੇ ਉਹਨਾਂ ਦਾ ਆਡੀਸ਼ਨ ਹੁਣ ਤੱਕ ਨਹੀਂ ਹੋ ਪਾਇਆ ਤੇ ਉਹਨਾਂ ਨੂੰ ਵੇਖ ਕੇ ਮੇਰਾ ਵੀ ਮਨ ਕੀਤਾ ਕਿ ਮੈਂ ਵੀ ਟਰਾਈ ਕਰਾਂ ਤੇ ਅਮੀਰਾ ਲੱਕੀਲੀ ਹੋ ਵੀ ਗਿਆ ਸੀਗਾ ਤੇ ਉਹਦੇ ਤੋਂ ਬਾਅਦ ਮੈਨੂੰ ਮਮਾ ਪਾਪਾ ਨੇ ਥੋੜਾ ਜ਼ਿਆਦਾ ਖਿਆ ਪੜਨ ਵਾਸਤੇ ਤੇ ਉਦੋਂ ਮਤਲਬ ਮੇਰਾ ਇੱਕ ਪੁਆਇੰਟ ਆ ਗਿਆ ਸੀ ਕਿ ਬਸ ਮਿੱਤੋ ਨਹੀਂ ਹੋਣਾ ਪਰ ਮੈਨੂੰ ਸਾਰਿਆਂ ਨੇ ਬਹੁਤ ਮੋਟੀਵੇਟ ਕੀਤਾ ਜਿਨੇ ਵੀ ਫਰੈਂਡਸ ਨੇ ਮੇਰੇ ਮੇਰੇ ਟੀਚਰਸ ਤੇ ਅੱਜ ਨੇ ਵੀ ਚਾਚੂ ਤਾਜੀ ਜੀ ਪੂਜ ਨੇ ਸਾਰਿਆਂ ਨੇ ਬਹੁਤ ਮੋਟੀਵੇਟ ਕੀਤਾ ਅੱਗੇ ਕਰਨ ਵਾਸਤੇ ਤੇ ਉਹਨਾਂ ਦੀ ਮੋਟੀਵੇਸ਼ਨ ਦੇ ਨਾਲ ਹੀ ਮੈਂ ਅੱਗੇ ਵਧੀ ਤੇ ਫਾਸਟ ਫਿੰਗਰ ਫਰਸਟ ਵੀ ਮੇਰਾ ਕਲੀਅਰ ਹੋਇਆ ਉਹਨਾਂ ਦੀ ਬਲੇਸਿੰਗਸ ਦੇ ਨਾਲ ਤੇ ਫਿਰ ਮੈਂ ਹੌਟ ਸੀਟ ਤੇ ਪਹੁੰਚ ਗਈ ਕਿੰਨੇ ਕੁਐਸਚਨ ਸੀਗੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਵਿਨ ਕੀਤਾ ਟੋਟਲ 17 ਕੁਐਸਚਨਸ ਹੁੰਦੇ ਨੇ ਤੇ ਮੋਂਾਂ ਵਿੱਚੋਂ 14 ਕੁਐਸਚਨਸ ਖਿਡੇ ਸੀਗੇ ਜੀ ਤੇ ਕਿਹੜੇ ਕੁਐਸਚਨ ਤੇ ਆ ਕੇ ਤੁਹਾਨੂੰ ਲੱਗਾ ਕਿ ਇਹ ਕੁਐਸਚਨ ਮੇਰੇ ਲਈ ਬਿਲਕੁਲ ਲਾਸਟ ਹੋਵੇਗਾ ਜਿਸ ਦੇ ਵਿੱਚ ਮੈਂ ਨਾ ਤਾਂ ਕਨਫਿਊਜ਼ ਹੋਵਾਂ ਤੇ ਨਾ ਹੀ ਮੈਂ ਕੋਈ ਹੜਬੜਾਹਟ ਕਰਾਂ ਕਿ ਇਹ ਮੈਂ ਫਟਾਫਟ ਅਨਸਰ ਦੇ ਦਵਾਂ ਤੇ ਇਹ ਕੁਝ ਗਲਤ ਹੋ ਜਾਏ ਮੇਰਾ ਆ 75 ਲੱਖ ਵਾਲਾ ਕੁਐਸਚਨ ਹੀ ਸੀ ਜਿਹਦੇ ਤੇ ਮੈਨੂੰ ਮਨ ਨੂੰ ਪਤਾ ਲੱਗ ਗਿਆ ਸੀ ਕਿ ਮੇਤੋ ਮੈਂ ਕਿਉਂਕਿ ਪੜਿਆ ਹੀ ਨਹੀਂ ਹੋਇਆ ਸੀਗਾ ਤੇ ਮੈਂ ਫਿਰ ਉਹਨੂੰ ਕੁਇਟ ਕਰਨਾ ਜ਼ਿਆਦਾ ਬੈਟਰ ਸਮਝਿਆ ਸੀਗਾ। ਇੱਕ ਕੁਐਸਚਨ ਇਦਾਂ ਦਾ ਵੀ ਸੀਗਾ ਕਿ ਉਹਨੂੰ ਬਿਨਾ ਆਪਸ਼ਨ ਤੋਂ ਵੀ ਦੱਸ ਸਕਦੀ ਸੀ ਕਿਉਂਕਿ ਉਹ ਕੁਐਸਚਨ ਬਹੁਤ ਕਰੰਟ ਬਹੁਤ ਜ਼ਿਆਦਾ ਕਰੰਟ ਸੀਗਾ। ਕਰੰਟ ਅਫੇਅਰਸ ਤੋਂ ਆਇਆ ਸੀਗਾ ਤੇ ਉਹ ਮੇਰੇ ਲਈ ਬਹੁਤ ਜ਼ਿਆਦਾ ਈਜ਼ੀ ਹੋ ਗਈ ਸੀ ਕਿਉਂਕਿ ਮੇਰੇ ਪਾਪਾ ਨੇ ਉਦਾਂ ਵੀ ਕਰੰਟ ਅਫੇਅਰ ਜ਼ਿਆਦਾ ਚੰਗਾ ਪੜਾ ਕੇ ਭੇਜੇ ਹੋਏ ਸੀਗੇ। ਜਦੋਂ ਉਹ ਕੁਐਸਚਨ ਆਇਆ ਤੇ ਮੇਰੇ ਫੇਸ ਤੇ ਸਮਾਈਲ ਵੀ ਆ ਗਈ ਸੀਗੀ। ਇਹ ਵੀ ਸੱਜਣ ਸਵਾਈ ਲੱਗ ਗਈ ਹੈ ਤੇ ਬਸ ਇੱਕ ਉਹ ਕੁਐਸਚਨ ਸੀ ਤੇ ਇੱਕ ਮੇਰਾ ਲਾਸਟ ਵਾਲਾ ਕੁਐਸਚਨ ਸੀਗਾ ਜ ਜਿੱਤ ਨੂੰ ਲੱਗਾ ਕਿ ਮੈਨੂੰ ਕੋਈ ਡਾਊਟ ਨਹੀਂ ਹੈ ਕਹਿੰਦੇ ਹੁੰਦੇ ਨੇ ਕਿ ਜਿਹੜਾ ਪਿਓ ਹੈ ਆਪਣੀ ਧੀ ਨੂੰ ਪੁੱਤਾਂ ਵਾਂਗ ਪਾਲਦਾ ਹੈ ਤੇ ਉਹ ਉਦਾਂ ਦੀ ਇੱਕ ਰਾਹ ਨਕਸ਼ੇ ਕਦਮ ਤੇ ਤੋਰਨ ਦੀ ਵੀ ਸਿੱਖਿਆ ਦਿੰਦਾ ਹੈ ਇਸ ਲਈ ਕਹਿੰਦੇ ਨੇ ਕਿ بڑے ਮੀਆਂ بڑے ਮੀਆਂ ਛੋਟੇ ਮੀਆਂ ਸੁਭਾਨ ਅੱਲਾ ਸੋ ਛੋਟੇ ਮੀਆਂ ਦੇ ਨਾਲ ਜੇ ਮੈਂ ਗੱਲ ਕਰਦੀ ਆਂ ਤੇ ਸਰ ਤੁਸੀਂ ਵੀ ਕੇਬੀਸੀ ਚ ਗਏ ਸੀ ਬਿਲਕੁਲ ਜੀ ਮੈਂ ਕਾਫੀ ਟਾਈਮ ਤੋਂ ਟਰਾਈ ਕਰ ਰਿਹਾ ਸੀਗਾ ਬਟ ਇਸ ਸਾਲ ਜਿਹੜਾ ਸੀਗਾ ਓਨੈਸਟਲੀ ਟਰਾਈ ਕੀਤਾ ਸੀਗਾ ਔਰ ਜਿਹੜੇ ਸਾਰੇ ਫੋਨ ਦੇ ਰਾਉਂਡਸ ਉਹ ਕਲੀਅਰ ਹੋ ਗਏ ਸੀਗੇ ਆਡੀਸ਼ਨ ਵੀ ਮੇਰੀ ਕਲੀਅਰ ਹੋ ਗਈ ਸੀਗੀ ਔਰ ਫਾਈਨਲ ਜਿਹੜਾ ਫਾਸਟ ਫਿੰਗਰ ਤੱਕ ਹੁੰਦਾ ਉੱਥੇ ਜਾ ਕੇ ਉਸ ਤੋਂ ਅਗੇ ਤੱਕ ਮੈਂ ਨਹੀਂ ਪਹੁੰਚ ਸਕਿਆ ਹੁਣ ਜਾਂਦਾ ਤੇ ਉਹ ਮੇਰਾ ਸੁਪਨਾ ਮੇਰੀ ਬੇਟੀ ਨੇ ਪੂਰਾ ਕਰ ਦਿੱਤਾ ਹੁਣ ਮੈਨੂੰ ਲੱਗਦਾ ਨਹੀਂ ਕੋਈ ਮੇਰਾ ਕੋਈ ਕੰਮ ਇਸ ਫੀਲਡ ਚ ਇਨਕੰਪਲੀਟ ਰਹਿ ਗਿਆ ਜੀ ਬਿਲਕੁਲ ਓਕੇ ਜਦ ਸਿਮਰਨ ਟੱਚਵੁੱਡ ਤੁਸੀਂ ਬਹੁਤ ਪੈਸਾ ਜਿੱਤਿਆ ਪੈਸਾ ਮਾਇਨੇ ਨਹੀਂ ਰੱਖਦਾ ਮਾਇਨੇ ਰੱਖਦਾ ਹੈ ਤੁਹਾਡੀ ਜਿੱਤ ਜਿਹੜਾ ਪੈਸਾ ਮਿਲਿਆ ਹੈ ਉਸ ਪੈਸੇ ਦਾ ਕੀ ਕਰੋਗੇ ਪਹਿਲਾਂ ਤੇ ਮੈਨੂੰ 12th ਪਾਸ ਕਰਕੇ IIT ਦੇ ਵਿੱਚ ਐਡਮਿਸ਼ਨ ਚਾਹੀਦਾ ਹੈ ਉਹ ਤੇ ਉਹਦੇ ਵਿੱਚ ਮੈਂ ਆਪਣੇ ਮਨੀ ਜਿਹੜੀ ਯੂਟਿਲਾਈਜ਼ ਕਰੂੰਗੀ ਮਤਲਬ ਜੋ ਵੀ ਮੇਰੇ ਕੋਚਿੰਗ ਕਲਾਸ ਵਗੈਰਾ ਦਾ ਖਰਚਾ ਹੋਏਗਾ ਪਰ ਉਹ ਪਾਪਾ ਤਾਂ ਹੈਲਪ ਕਰਨਗੇ ਬਟ ਜੇ ਕਰੀ ਲੋਡ ਪਈ ਤੇ ਮੈਂ ਆਪਣੀ ਅਮਾਉਂਟ ਵੀ ਯੂਜ਼ ਕਰਾਂਗੀ ਤੇ ਅ ਅੱਗੇ ਜਾ ਕੇ ਮੈਂ ਸਪੇਸ ਸਾਇੰਟਿਸਟ ਬਣਨਾ ਚਾਹਾਂਗੀ IIT ਤੋਂ ਬਾਅਦ ਤੇ ਜਦੋਂ ਮੈਂ ਸਕਸੈਸਫੁਲ ਹੋ ਜਾਵਾਂ ਤੇ ਮੈਂ ਚਾਹਨੀ ਆ ਕਿ ਜਿਹੜੇ ਬੱਚੇ ਐਜੂਕੇਸ਼ਨ ਚੰਗੀ ਅਫੋਰਡ ਨਹੀਂ ਕਰ ਸਕਦੇ ਮੋਨਾਂ ਨੂੰ ਵੀ ਇੱਕ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰਾਵਾਂ ਤੇ ਜਿਸ ਕਿਸੇ ਨੂੰ ਵਧੀਆ ਐਜੂਕੇਸ਼ਨ ਮਿਲ ਜੇ ਤੇ ਉਹਦਾ ਮੈਨੂੰ ਵੀ ਬਹੁਤ ਵਧੀਆ ਲੱਗੇਗਾ ਬਹੁਤ ਸੋਹਣੀ ਸੋਚ ਹੈ ਇਥੋਂ ਪਤਾ ਲੱਗਦਾ ਹੈ ਕਿ ਵਾਕਿਆ ਬਾਹਤ ਹੀ ਚੰਗੇ ਸੰਸਕਾਰ ਤੀਨੂ ਦਿੱਤੇ ਨੇ ਸੋ ਇੰਨੀ ਵੱਡੀ ਸੋਚ ਰੱਖਦੀ ਹੈ ਕਿ ਆਪਣੇ ਨਾਲ ਨਾਲ ਦੂਸਰਿਆਂ ਦਾ ਵੀ ਸੋਚਦੀ ਹੈ ਇਹ ਸਭ ਤੋਂ ਵੱਡੀ ਸੋਚ ਹੈ ਗੱਲ ਕਰਦੇ ਹਾਂ ਕਿ ABC ਦੇ ਨਾਲ ਜਦੋਂ ਤੁਸੀਂ ਇੱਕਦਮ ਗਏ ਤੁਸੀਂ ਅਮਿਤਾਵਚਨ ਜੀ ਦੇ ਨੇੜੇ ਤੇ ਬਹੁਤ ਸਾਰੀਆਂ ਗੱਲਾਂ ਵੀ ਹੋਈਆਂ ਹੋਣਗੀਆਂ ਕੁਐਸਚਨ ਆਨਸਰ ਤੋਂ ਬਾਅਦ ਕੋਈ ਇਦਾਂ ਦੀ ਚੈਲਪੈਲ ਹੋਈ ਕਿ ਜਿਹਦੇ ਨਾਲ ਤੁਸੀਂ ਮਸਤੀ ਕੀਤੀ ਹੋਵੇ ਅ ਐਕਸਲੀ ਜਦੋਂ ਆਪਾ ਸ਼ੂਟ ਚੱਲ ਰਿਹਾ ਸੀਗਾ ਸ਼ੂਟ ਉਹਦੇ ਵਿੱਚ ਆਪਾਂ ਬਹੁਤ ਮਸਤੀ ਕਰ ਲਈ ਸੀ ਕਿਉਂਕਿ ਸਰਦਾ ਵੀ ਸ਼ੂਟ ਲਗਾਤਾਰ ਚੱਲਦਾ ਆਪਾਂ ਤੇ ਬੈਕਸਟੇਜ ਆ ਜਾਂਦੇ ਜਦੋਂ ਸਾਡਾ ਫਿਨਿਸ਼ ਹੋ ਜਾਂਦਾ ਤੇ ਸਰਦੇ ਨਾਲ ਗੱਲ ਕਰਨ ਦਾ ਬਾਅਦ ਮੌਕਾ ਨਹੀਂ ਮਿਲਦਾ ਤੇ ਤੁਸੀਂ ਜਿੰਨੀ ਗੱਲ ਕਰ ਸਕਦੇ ਤੁਸੀਂ ਹੋਰ ਸੀਟ ਤੇ ਬੈਠ ਕੇ ਘੁੰਮ ਜਿਓ ਕਿਉਂਕਿ ਉਹਦਾ ਸਰਦਾ ਸ케ਡਿਊਲ ਬਹੁਤ ਬਿਜ਼ੀ ਰਹਿੰਦਾ ਤੇ ਉਹਨੇ ਵੱਡੇ ਮਤਲਬ ਸ਼ਖਸੀਅਤ ਬਣ ਚੁੱਕੇ ਨੇ ਲੇਕਿਨ ਉਹ ਹਜੇ ਵੀ ਇੰਨੇ ਪੋਲਾਈਟਲੀ ਗੱਲ ਕਰਦੇ ਨੇ ਸਾਰੇ ਦੇ ਨਾਲ ਮਤਲਬ ਉਹਨਾਂ ਤੋਂ ਚੰਗਾ ਕੋਈ ਹੋਸਟ ਕਰ ਨਹੀਂ ਸਕਦਾ ਕੇਪੀਸੀ ਨੂੰ ਜੀ ਜਿਨ੍ਹਾਂ ਦੇ ਅੱਗੇ ਵੱਡੇ ਵੱਡੇ ਬੰਦੇ ਕੰਬ ਜਾਂਦੇ ਨੇ ਗੱਲਬਾਤ ਕਰਨ ਨੂੰ ਕੁਐਸਚਨ ਆਨਸਰ ਕਰਨ ਨੂੰ ਉੱਥੇ ਛੋਟੀ ਜੀ ਬੱਚੀ ਦੇਖੋ ਵਿਨ ਕਰਕੇ ਆਈ ਹੈ ਤੋਂ ਉੱਥੇ ਡਰ ਨਹੀਂ ਲੱਗਿਆ ਦਰ ਪਹਿਲਾ ਪਹਿਲਾ ਲੱਗਿਆ ਸੀ ਜਦੋਂ ਆਪਾਂ ਹੌਟ ਸੀਟ ਤੇ ਜਿਵੇਂ ਬੈਠੇ ਨਹੀਂ ਸੀਗੇ ਕਿਉਂਕਿ ਫਸਟ ਸਵਿੰਗਰ ਫਰਸਟ ਓਨੈਸਟਲੀ ਮੇਰੇ ਲਈ ਤਾਂ ਸਭ ਤੋਂ ਜ਼ਿਆਦਾ ਮੁਸ਼ਕਿਲ ਸੀਗਾ ਤੇ ਜਦੋਂ ਉਹ ਕਲੀਅਰ ਹੋ ਗਿਆ ਤੇ ਮੈਂ ਹੌਟ ਸੀਟ ਤੇ ਬੈਠੀ ਸੀ ਉਦੋਂ ਮੈਨੂੰ ਲੱਗ ਮੈਂ ਕੰਮ ਵਧੀ ਸੀਗੀ ਕਿ ਕਿੱਦਾਂ ਗੱਲ ਕਰਨੀ ਅਸਲ ਦੇ ਸਾਹਮਣੇ ਜਾ ਕੇ ਪਰ ਜਦੋਂ ਅਸਲ ਦੇ ਸਾਹਮਣੇ ਬੈਠੇ ਸਲਨਾ ਗੱਲਾਂ ਬਾਤਾਂ ਕਰਨੀਆਂ ਸਟਾਰਟ ਕੀਤੀਆਂ ਅਸਲ ਨੇ ਬਹੁਤ ਆਰਾਮ ਨਾਲ ਗੱਲ ਕੀਤੀ ਬਹੁਤ ਕੰਫਰਟੇਬਲੀ ਗੱਲ ਕੀਤੀ ਤੇ ਅੱਗੇ ਗੇਮ ਵਰਤ ਵਧੀਆ ਖੇਡੀ ਤੇ ਆਪਾਂ ਵਿੱਚ ਗੱਲਬਾਤ ਵੀ ਕੀਤੀ ਬਹੁਤ ਇੱਕ ਅਸੀਂ ਫਨਕਾਰ ਨੂੰ ਟੈਲੀਵਿਜ਼ਨ ਦੀ ਲਾਈਵ ਸਕਰੀਨ ਤੇ ਦੇਖਦੇ ਆ ਤੇ ਇੱਕ ਅਸੀਂ ਬਿਲਕੁਲ ਸਾਹਮਣੇ ਫੇਸ ਟੂ ਫੇਸ ਦੇਖਦੇ ਆ ਉਹ ਕਿਦਾਂ ਦਾ ਫੇਸ ਇਮਪ੍ਰੈਸ਼ਨ ਸੀ ਜਦੋਂ ਆਪਾਂ ਟੀਵੀ ਤੇ ਦੇਖਦੇ ਆ ਉਹਦੇ ਤੋਂ ਤਾਂ ਬਿਲਕੁਲ ਡਿਫਰੈਂਟ ਹੀ ਫੀਲ ਆਂਦੀ ਹੈ ਹੁਣ ਜਦ ਆਪਾਂ ਮਤਲਬ ਕੇਬੀਸੀ ਟੀਵੀ ਤੇ ਵੇਖ ਰਹੇ ਹੋਈਏ ਤੇ ਸਾਨੂੰ ਫੀਲ ਆਨ ਕਿ ਆਪਾਂ ਉੱਥੇ ਹੀ ਬੈਠੇ ਆ ਕਿਉਂਕਿ ਆਪਾਂ ਸਾਰਾ ਵੇਖਿਆ ਉੱਥੇ ਕਿੱਦਾਂ-ਕਿੱਦਾਂ ਹੁੰਦਾ ਬ੍ਰਾਜ ਦਾ ਸ਼ੂਟ ਵਗੈਰਾ ਜਦੋਂ ਚੱਲਦਾ ਸੀਗਾ ਇਹ ਵੀ ਸਦੇ ਸਾਹਮਣੇ ਬੈਠਣਾ ਉਹ ਇੱਕ ਬਹੁਤ ਹੀ ਅਲੱਗ ਚੀਜ਼ ਸੀਗੀ ਨਵੀਂ ਨਵੀਂ ਚੀਜ਼ ਸੀਗੀ ਪਹਿਲਾਂ ਕਦੀ ਕਿਸੇ ਸਟਾਰ ਨੂੰ ਮਿਲੇ ਨਹੀਂ ਸੀ ਤੇ ਜਦੋਂ ਮਿਲੇ ਤਾਂ ਇੰਨੇ ਵੱਡੇ ਸੁਪਰ ਸਟਾਰ ਨੂੰ ਮਿਲੇ ਤੇ ਉਹਦੇ ਨਾਲ ਇੱਕ ਬਹੁਤ ਵਧੀਆ ਫੀਲ ਵੀ ਆਈ ਜੀ ਕਿਹੜੇ ਕੁਐਸਚਨ ਤੇ ਕੁਇਟ ਕੀਤਾ ਔਰ ਜਿਹੜੀਆਂ ਲਾਈਫ ਲਾਈਨ ਸੀ ਸਾਰੀਆਂ ਯੂਜ਼ ਕਰ ਲੈਂਦੀਆਂ ਕੁਝ ਮਨ ਚ ਇਦਾਂ ਆਇਆ ਹੋਵੇ ਕਿ ਹੋ ਸਕਦਾ ਕਿ ਮੈਂ ਜ਼ਿਆਦਾ ਕੁਐਸਚਨ ਅਨਸਰ ਪੜ ਲੈਂਦੀ ਜਾਂ ਫਿਰ ਜ਼ਿਆਦਾ ਅਨਸਰ ਦੇ ਪੈਂਦੀ ਜ਼ਿਆਦਾ ਪੈਸਾ ਜਿੱਤ ਲੈਂਦੀ ਅ ਮੈਂ 75 ਲੱਖ ਤੇ ਕੁਇਟ ਕਰ ਗਈ ਸੀ 75 ਲੱਖ ਤੇ ਕੁਐਸਚਨ ਤੇ ਕਿਉਂਕਿ ਮੈਂ ਮੇ ਕੋਲ ਲਾਈਫ ਲਾਈਨ ਪਈ ਸੀ ਮੈਂ ਯੂਜ਼ ਵੀ ਕੀਤੀ ਗਿਆਨ ਅਸਰ ਪਰ ਬਟ ਤੋ ਉਹ ਲਾਈਫ ਲਾਈਨ ਨੇ ਕੁਐਸ਼ਨ ਚੇਂਜ ਕੀਤਾ ਤੇ ਕੁਐਸ਼ਨ ਕਿਉਂਕਿ ਜ਼ਿਆਦਾ ਵੱਡੀ ਅਮਾਉਂਟ ਆਇਆ ਸੀ ਤੇ ਮੁਸ਼ਕਿਲ ਆਫਕੋਰਸ ਆਏਗਾ ਹੀ ਤੇ ਉਹ ਵਾਲਾ ਕੁਐਸ਼ਨ ਮੈਂ ਪੜਿਆ ਨਹੀਂ ਹੋਇਆ ਸੀਗਾ ਤੇ ਮੈਂ ਉਹਨੂੰ ਕੁਇਟ ਕਰਨ ਨਾਲ ਜ਼ਿਆਦਾ ਬੈਟਰ ਸਮਝਿਆ ਕਿਉਂਕਿ ਲਾਲਚ ਕਰੂੰਗੀ ਤਾਂ ਫਿਰ ਜੋ ਹੈ ਉਹ ਵੀ ਚਲਾ ਜਾਏਗਾ ਬਿਲਕੁਲ ਬਿਲਕੁਲ ਲਾਲਚ ਬੁਰੀ ਬਲਾਸ ਉਹ ਲਾਲਚ ਨਹੀਂ ਕਰਨਾ ਚਾਹੀਦਾ ਕਿੰਨੀ ਕੋ ਮਿਹਨਤ ਕੀਤੀ ਸੀ ਇਹ ਦੇ ਲਈ ਮੈਂ ਮਤਲਬ ਪਹਿਲਾਂ ਤਾਂ ਜਿਹੜੀ ਨੌਲੇਜ ਸਗੀ ਸੀਗੀ ਤੇ ਇਹ ਦੇ ਲਈ 2-3 ਮਹੀਨੇ ਤਿਆਰੀ ਕੀਤੀ ਸੀ ਜਿੰਨਾ ਵੀ ਟਾਈਮ ਪਿਆ ਹੋਇਆ ਸੀਗਾ ਬਟ ਜਦੋਂ ਲਾਸਟ ਦੇ ਕੁਝ ਦਿਨ ਆ ਗਏ ਉਹਦੇ ਵਿੱਚ ਸਾਰਾ ਸ਼ੂਟ ਸਾਰਾ ਤੇ ਆਪਾਂ ਨਹੀਂ ਪੜ ਸਕੇ ਕਿ ਸ਼ੂਟ ਵਗੈਰਾ ਕਰਨ ਆਏ ਸੀਗੇ ਉਹਨਾਂ ਦੀ ਟੀਮ ਵੀ ਬਟ ਜਿੰਨੀ ਕੋ ਤਿਆਰੀ ਕਰ ਸਕੇ ਉਹ ਵੀ ਬਹੁਤ ਚੰਗੀ ਤਿਆਰੀ ਕਰ ਲਈ ਜੋ ਮਤਲਬ ਉਥੇ ਕੇਬੀਸੀ ਜਾ ਕੇ ਨਹੀਂ ਕੋਈ ਕੁਸ਼ਨ ਆ ਉਹ ਕੁਸ਼ਨ ਅੱਗੇ ਜਾ ਕੇ ਕਿਤੇ ਕੰਮ ਆ ਜਾਣਗੇ ਕਿਹੜੇ ਸਕੂਲ ਚ ਪੜਦੇ ਹੋ ਵੈਸੇ ਕੇਂਦਰੀ ਵਿਦਿਆਲয় ਸੂਰਨਸਿ ਸੋ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਪੜ੍ਹਾਈ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਾਂਦੇ ਜਾਂਦੇ ਇੱਕ ਮੈਸੇਜ ਜ਼ਰੂਰ ਲੈਣਾ ਚਾਹਾਂਗੇ ਗੁੜੀਆਂ ਕੋਲੋਂ ਵੀ ਔਰ ਸਰਕਲ ਵੀ ਬਿਕੋਜ਼ ਉਹ ਵੀ ਕੇਬੀਸੀ ਖੇਡ ਕੇ ਆਏ ਨੇ ਔਰ ਕੁਝ ਅੱਛਾ ਹੀ ਮੈਸੇਜ ਦੇਣਗੇ ਕਿਉਂਕਿ ਮੈਸੇਜ ਬਹੁਤ ਮਾਇਨੇ ਰੱਖਦਾ ਹੈ ਜ਼ਿੰਦਗੀ ਦੇ ਵਿੱਚ ਸੋ ਅਸੀਂ ਕੁਝ ਨਾ ਕੁਝ ਸਿੱਖਦੇ ਹਾਂ ਸਰ ਕੀ ਕਹਿਣਾ ਚਾਹੋਗੇ ਜੀ ਮੈਂ ਇਹ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਕੋਈ ਸੁਪਨਾ ਦੇਖਦੇ ਹੋ ਸincerely ਤਾਂ ਉਹਨੂੰ ਤੁਹਾਨੂੰ ਮੁਸ਼ਕਿਲ ਜ਼ਰੂਰ ਆਉਣਗੀਆਂ ਲੇਕਿਨ ਤੁਸੀਂ ਉਹਦੇ ਵਾਸਤੇ ਕੋਸ਼ਿਸ਼ ਕਰਦੇ ਰਹਿਣਾ ਹੈ ਜੋ ਕੋਸ਼ਿਸ਼ ਕਰੋਗੇ ਤਾਂ ਤੁਸੀਂ ਕਦੇ ਨਾ ਕਦੇ ਆਪਣੇ ਮੁਕਾਮ ਤੇ ਪਹੁੰਚ ਜਾਓਗੇ ਬਹੁਤ ਸਾਰੀਆਂ ਪ੍ਰੋਬਲਮਸ ਆਣੀਆਂ ਬਹੁਤ ਸਾਰੀਆਂ ਰੁਕਾਵਟਾਂ ਆਣੀਆਂ ਬੜਜੇ ਤੁਸੀਂ ਰੁਕਾਵਟਾਂ ਤੋਂ ਡਰ ਗਏ ਤਾਂ ਤੁਸੀਂ ਹਾਰ ਜਾਓਗੇ ਤੁਸੀਂ ਖੇលਦੇ ਰਹੋ ਜ਼ਿੰਦਗੀ ਜ਼ਿੰਦਗੀ ਖੁਦ ਇੱਕ ਖੇਲ ਹੈਗੀ ਹੈ ਤੁਸੀਂ ਜੋ ਜਦੋਂ ਤੱਕ ਤੁਸੀਂ ਖੇលਦੇ ਰਹੋਗੇ ਤੁਸੀਂ ਸਿੱਖਦੇ ਰਹੋਗੇ ਔਰ ਤੁਸੀਂ ਅੱਗੇ ਵਧਦੇ ਜਾਓਗੇ ਕਦੇ ਰੁਕਣ ਦਾ ਨਾਮ ਨਾ ਲਓ ਜੇ ਤੁਸੀਂ ਸੁਪਨਾ ਦੇਖਿਆ ਹੈ ਤਾਂ ਉਹਨੂੰ ਸਕਾਰ ਕਰਨ ਵਾਸਤੇ ਜੀ ਜਗਾਨਾ ਮਿਹਨਤ ਕਰੋ ਔਰ ਸਫਲਤਾ ਦਾ ਕੋਈ ਵੀ ਸ਼ਾਰਟਕਟ ਨਹੀਂ ਹੁੰਦਾ ਇਹ ਯਾਦ ਰੱਖਿਓ ਤੁਸੀਂ ਜੋ ਮਿਹਨਤ ਕਰਨੀ ਹੈ ਤੁਹਾਨੂੰ ਸਿੱਧੇ ਤਰੀਕੇ ਨਾਲ ਕਰਨੀ ਪਣੀ ਹੈ ਆਦਰਵਾਇਸ ਤੁਸੀਂ ਸਕਸੈਸ ਨਹੀਂ ਹੋ ਸਕਦੇ ਜਦ ਸਿਮਰਨ ਜਦੋਂ ਤੁਸੀਂ ਕੇਬੀਸੀ ਜਿੱਤ ਕੇ ਆਏ ਤੇ ਫਰੈਂਡ ਸਰਕਲ ਦੇ ਵਿੱਚ ਕਿਦਾਂ ਦਾ ਮਾਹੌਲ ਸੀ ਫਰੈਂਡ ਸਰਕਲ ਦੇ ਵਿੱਚ ਮਤਲਬ ਏ ਦਾ ਦੀ ਸੀ ਕਿ ਉਹਨਾਂ ਨੇ ਵੀ ਕੁਝ ਸਪੈਸ਼ਲ ਟਰੀਟਮੈਂਟ ਦੇ ਰਿਆ ਸੀਗਾ ਇੱਕ ਦੋ ਮਿੰਟ ਲਈ ਦਿੱਤਾ ਬਾਅਦ ਫਿਰ ਉਹ ਨਾਰਮਲ ਹੋ ਗਏ ਸੀ ਕਿ ਮਤਲਬ ਠੀਕ ਹੈ ਮੈਨੂੰ ਨਾਰਮਲ ਹੀ ਚੰਗੇ ਲੱਗੇ ਸਪੈਸ਼ਲ ਟਰੀਟਮੈਂਟ ਵੀ ਮਨੋਦ ਤਾਂ ਥੋੜੀ ਚਾਹੀਦੀ ਪਤਾ ਨਹੀਂ ਕਿੰਦਾ ਦਤੇ ਇਨਕੇ ਪਰ ਜਿਦਾਦਾ ਵੀ ਦੇਣਗੇ ਵਧੀਆ ਦੇਣਗੇ ਬਟ ਮੈਨੂੰ ਮੇਰੇ ਨਾਰਮਲ ਫ੍ਰੈਂਡਸੀ ਪਸੰਦ ਨੇ ਬਾਕੀ ਉਹਨਾਂ ਨੇ ਮੈਨੂੰ ਅਮਾਉਂਟ ਪੁੱਛ ਪੁੱਛ ਕੇ ਤੰਗ ਕੀਤਾ ਹੋਇਆ ਸੀ ਜਦੋਂ ਮੇਰਾ ਐਪੀਸੋਡ ਨਹੀਂ ਆਇਆ ਸੀ ਮੈਂ ਵੀ ਮੀਅਰਤਾ ਸੀ ਮੈਂ 10 ਦਿਨ ਨਹੀਂ ਜਸ ਅ ਸਰਪ੍ਰਾਈਜ਼ ਸੀ ਟੀਵੀ ਤੇ ਹੀ ਦੇਖਿਓ ਸਾਰੇ ਜਾਨੇ ਬਿਲਕੁਲ ਬਿਲਕੁਲ ਬਾਕੀ ਉਹਨ ਦਿੱਤੀਆਂ ਤੇ ਉਹਨਾਂ ਨੇ ਮੈਨੂੰ ਮੋਟੀਵੇਟ ਵੀ ਬਹੁਤ ਕੀਤਾ ਸੀਗਾ ਅੱਗੇ ਜਾਣ ਵਾਸਤੇ ਤੇ ਉਹਨਾਂ ਦੇ ਮੋਟੀਵੇਸ਼ਨ ਦੇ ਕਰਕੇ ਮੈਂ ਇੱਥੇ ਤੱਕ ਪਹੁੰਚੀ ਆ ਤੇ ਮੈਂ ਉਹਨਾਂ ਨੂੰ ਵੀ ਥੈਂਕ ਯੂ ਕਹਿੰਦੀ ਆ ਸੋ ਸਾਡੇ ਜਲੰਧਰ ਵਿੱਚ ਬੜੇ ਹੀ ਨਾਇਆਬ ਹੀਰੇ ਨੇ ਸੋ ਹੀਰਿਆਂ ਦੇ ਵਿੱਚ ਇੱਕ ਡਾਇਮੰਡ ਸਾਡੇ ਕੋਲ ਹੈ ਜੋ ਕਿ ਕੇਬੀਸੀ ਕੌਣ ਬਣੇਗਾ ਕਰੋੜਪਤੀ ਵਿੱਚੋਂ ਵਿਨ ਕਰਕੇ ਆਏ ਨੇ ਸੋ ਅਸੀਂ ਇੱਥੇ ਮਿਲ ਲੈਨੇ ਆ ਜੀ ਗਲੇ ਮਿਲ ਲੈਨੇ ਕਿਉਂਕਿ ਅਮਿਤਾਬ ਬਚਨ ਜੀ ਨੂੰ ਮਿਲ ਕੇ ਆਏ ਨੇ ਬੜੀ ਦੁਨੀਆ ਦਾ ਸੁਪਨਾ ਹੈ ਪਰ ਸੁਪਨਾ ਕਿਸੇ ਕਿਸੇ ਦਾ ਪੂਰਾ ਹੁੰਦਾ ਹੈ ਸੋ ਸੁਪਨਿਆਂ ਦੇ ਨਾਲ ਹੀ ਕਹਿੰਦੇ ਨੇ ਬੰਦਾ ਜਿਉਂਦਾ ਹੈ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ ਬੜੇ ਰੋਜੀ ਸੇਂਟ ਸੋਲ ਦੇ ਟਾਈਮਜ਼ ਵਿੱਚ ਅੱਜ ਖਾਸ ਇਨਾ ਹੀ ਮਿਲਾਵਾਂਗੇ ਕਿਸੇ ਹੋਰ ਸ਼ਖਸ਼ੀਅਤ ਦੇ ਨਾਲ ਬਿਲਕੁਲ ਸੇਂਟ ਸੋਲ ਦੇ ਟਾਈਮ ਦੇ ਵਿੱਚ ਵਿਨੋਦ 인ਾਲ ਮਹਾਕੋਮਲ ਸ਼ਾ ਜਲੰਧ